ਹਾਲ ਹੀ ਦੇ ਵਿੱਚ ਆਈ ਪੰਜਾਬੀ ਮੂਵੀ ਬੰਬੂਕਾਰ ਤੋਂ ਪ੍ਰਭਾਵਿਤ ਹੋ ਕੇ ਸੰਗਰੂਰ ਦੇ ਹੀ ਇੱਕ ਲੜਕੇ ਨੇ ਬਣਾਈ ਅਨੋਖੀ ਸਾਈਕਲ, ਜਿਸ ਦੇ ਕੇ ਉੱਪਰ ਖਰਚਾ ਆਇਆ 13,000 ਰੁਪਏ। ਇਸ ਲੜਕੇ ਨੇ ਕਾਰ ਦੇ ਮੋਟੇ ਟਾਇਰ ਲਗਾ ਕੇ 1.5 ਮਹੀਨੇ ਵਿੱਚ ਇਸ ਸਾਈਕਲ ਨੂੰ ਤਿਆਰ ਕਰ ਇਸ ਦਾ ਨਾਮ ਬੰਬੂਕਾਰ ਰੱਖਿਆ ਹੈ। ਲੜਕੇ ਦੀ ਇਸ ਸਾਈਕਲ ਦੇ ਚਰਚੇ ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਵਿੱਚ ਖੂਬ ਹੋ ਰਹੇ ਹਨ। ਅੰਗਰੇਜ਼ਾਂ ਦੇ ਬਣਾਏ ਹੋਏ ਨੇ ਜੀ ਇਹ, ਉਹਨੂੰ ਦੇਖ ਕੇ ਦਿਮਾਗ ਦੇ ਵਿੱਚ ਆਇਆ ਜੀ ਵੀ ਆਪਾਂ ਨਾ ਇਹ ਚੀਜ਼ ਤਿਆਰ ਕਰ ਸਕੀਏ। ਫਿਰ ਮੈਨੇ ਮਿਸਤਰੀ ਨਾਲ ਬੈਠ ਕੇ ਗੱਲਬਾਤ ਕਰੀ, ਉਹਨੂੰ ਸਮਝਾਇਆ ਜੀ, ਦਿਖਾਈ ਚੀਜ਼ ਉਹਨੂੰ ਜੀ। ਫਿਰ ਇਹਦੀ ਕਦੇ ਮਤਲਬ ਸੈਟਿੰਗ ਕਰਨ ਦੇ ਟਾਈਮ ਲੱਗ ਗਿਆ ਜੀ। ਸਰ ਮੇਰਾ ਨਾਮ ਵਿਕਰਮ ਹੈ ਜੀ। ਇਹ ਸਰ ਕਾਫੀ ਟਾਈਮ ਪਹਿਲਾਂ ਸਰ ਮੈਨੇ ਐਮੀ ਵਿਰਕ ਦੀ ਫਿਲਮ ਦੇਖੀ ਸੀ ਬੰਬੂਕਾਰਟ ਜੀ। ਸਰ ਉਦੋਂ ਬੈਠੇ ਬੈਠੇ ਮੇਰੇ ਮਨ ਦੇ ਵਿੱਚ ਆਇਆ ਜੀ ਵੀ ਕਿਉਂ ਨਾ ਆਪਾਂ ਵੀ ਕੋਈ ਨਵੀਂ ਜਿਹੀ ਚੀਜ਼ ਤਿਆਰ ਕਰੀ ਜਾਵੇ। ਇਹਨਾਂ ਨੇ ਚਲੋ ਮਨਾਂ ਦਾ ਬਜਟ ਵੱਡਾ ਸੀਗਾ, ਮੇਰਾ ਬਜਟ ਛੋਟਾ ਸੀਗਾ ਜੀ। ਮੈਨੇ ਕਿਹਾ ਚਲੋ ਮੈਂ ਇੱਕ ਸਾਈਕਲ ਤਿਆਰ ਕਰਦਾ ਜੀ ਜਿਹਨੂੰ ਅਲੱਗ ਹੀ ਚੀਜ਼ ਬਣਾ ਕੇ ਅਲੱਗ ਹੀ ਚੀਜ਼ ਤਿਆਰ ਕਰੂੰਗਾ ਜੀ ਵੀ ਲੋਕ ਦੇਖਣ ਵੀ ਕੋਈ ਅਲੱਗ ਜਿਹੀ ਨਵੀਂ ਚੀਜ਼ ਆਈ ਹੈ ਸਰ। ਤਾਂ ਕਰਕੇ ਸਰ ਮੈਨੇ ਇਹ ਸਾਈਕਲ ਤਿਆਰ ਕੀਤਾ ਜੀ। ਕਿੰਨਾ ਟਾਈਮ ਲੱਗਾ ਤੁਹਾਨੂੰ ਤਿਆਰ ਕਰਨ ਦੇ? ਸਰ ਇਹ ਸਾਈਕਲ ਤਿਆਰ ਹੋਣ 'ਤੇ ਤਕਰੀਬਨ ਜੀ ਮੈਨੂੰ 1.5 ਮਹੀਨੇ ਦੇ ਕਰੀਬ ਲੱਗ ਗਿਆ ਜੀ। ਕਿੰਨੇ ਪੈਸੇ ਲੱਗੇ? ਸਰ ਇਹ 'ਤੇ ਮੇਰਾ ਤਕਰੀਬਨ 12-13 ਹਜ਼ਾਰ ਰੁਪਏ ਖਰਚਾ ਆ ਚੁੱਕਿਆ ਜੀ। ਸਰ ਮੇਨ ਤਾਂ ਵੈਸਦਾ ਸਰ ਇਹਦਾ ਬਾਕੀ ਸਾਰਾ ਸਰ ਸਮਾਨ ਲੋਹੇ ਦਾ ਸੀ। ਸਰ ਜਿਹੜੀ ਇਹਦੀ ਮੇਨ ਬਰੀਕੀ ਦੇ ਵਿੱਚ ਜਾਈਏ ਜੀ ਜਿਵੇਂ ਇਹਦੀ ਬੈਲੈਂਸਿੰਗ ਹੋ ਗਈ ਜੀ ਅਤੇ ਮਤਲਬ ਵੀ ਜ਼ਿਆਦਾ ਹੈਵੀ ਨਾ ਚੱਲੇ ਜੀ ਇਹ। ਇਹਦੇ ਸਰ ਜਿਹੜੇ ਟਾਇਰ ਸੀਗੇ ਕਦੇ ਮੈਨੂੰ ਚੌੜੇ ਮਿਲ ਜਾਂਦੇ ਸੀਗੇ, ਕਦੇ ਪਤਲੇ ਮਿਲ ਜਾਂਦੇ ਸੀਗੇ ਜੀ। ਉਹਨੂੰ ਸੈਟਿੰਗ ਨਹੀਂ ਆਉਂਦੀ ਸੀਗੀ ਜੀ ਫਿਟਿੰਗ ਹੋਣ ਦੇ ਵਿੱਚ ਜੀ। ਤਾਂ ਕਰਕੇ ਥੋੜ੍ਹਾ ਜਿਹਾ ਇਹ ਸਮਾਨ ਮੈਨੂੰ ਟਾਈਮ ਇਕੱਠਾ ਕਰਨ ਦੇ ਸਰ ਥੋੜ੍ਹਾ ਟਾਈਮ ਲੱਗ ਗਿਆ ਜੀ। ਜੇਕਰ ਪੜ੍ਹਾਈ ਦੀ ਗੱਲ ਕੀਤੀ, ਕਿੰਨਾ ਕੁ ਪੜ੍ਹੇ ਲਿਖੇ ਹੋ, ਕੀ ਇੰਜੀਨੀਅਰਿੰਗ ਕੀਤੀ ਹੋਈ ਜਾਂ ਕੀ ਕੀਤਾ? ਨਹੀਂ ਨਹੀਂ ਸਰ, ਮੇਰੀ ਸਰ ਪਲੱਸ 2 ਕੀਤੀ ਹੋਈ ਹੈ ਜੀ।